ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰਿਆਂ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਵਿੰਡਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਹਰਪਾਲ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਅਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ, ਅਤੇ ਗੱਲਬਾਤ ਕਰਦੇ ਵੀਡੀਓ ਨਾਲ। ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਆਪਣੀ ਤਸੱਲੀ ਕਰਕੇ ਫਿਰ ਹੀ ਪਸ਼ੂ ਖਰੀਦੋ, ਕਿਉਂਕਿ ਪੈਸੇ ਤੁਸੀਂ ਖਰਚਣੇ ਆ, ਸਾਰੀਆਂ ਚੀਜ਼ਾਂ ਆਪ ਵੇਖ ਚਾਹ ਕੇ ਪਸ਼ੂ ਜਿਹੜਾ ਖਰੀਦਿਆ ਕਰੋ, ਆਪਣੀ ਸਮਝਣਾ ਅਤੇ ਆਪਣੀ ਗਰੰਟੀ 'ਤੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਸਭ ਠੀਕ ਠਾਕ ਆ। ਵਿਕ ਗਿਆ ਕੱਲ੍ਹ ਵਾਲਾ ਮਾਲ? ਫਿਰ ਠੀਕ ਹੈ, ਉਦਣ ਮੱਝਾਂ ਵੱਡੀਆਂ ਪਾਈਆਂ, ਅੱਜ ਥੋੜੀ ਨੋਰਮਲ ਰੇਂਜ ਕਰਦੇ ਜਾ। ਠੀਕ ਹੈ, ਥੋੜਾ ਜਿਹਾ ਨਾ ਘੱਟ ਲੱਭਣ ਡਿਆ ਪਿਆ ਅੱਗੇ ਨੂੰ। ਠੀਕ ਹੈ, ਤੇ ਚਲੋ ਨਾਮ ਦੱਸ ਦਿਓ ਇੱਕ ਵਾਰੀ। ਹਰਪਾਲ ਸਿੰਘ ਜੀ, ਪਿੰਡ ਚਵਿੰਡਾ, ਜ਼ਿਲ੍ਹਾ ਮੁਹਾਲੀ ਜੀ। ਤੇ ਫੋਨ ਨੰਬਰ ਹੀ ਬੋਲ ਦਿਓ। 9545-9499। ਠੀਕ ਹੈ ਜੀ, ਹਾਂਜੀ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਮੱਝ ਆ, ਆ ਦੇਖ ਸਕਦੇ ਜੀ। ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ? ਅੱਜ ਤੀਜਾ ਦਿਨ ਹੋਇਆ ਯਾਰ ਬੀਜੀ, ਸੂਈ ਮਗਰ ਆ ਕੱਟਾ ਜੀ। ਮਗਰ ਕੱਟਾ, ਨਾੜੂ ਬਿਲਕੁਲ ਨਾਲ ਤਾਜ਼ਾ ਹੀ ਆ, ਬੱਚਾ ਵੀ ਤਾਜ਼ਾ ਹੀ ਆ ਜੀ। ਤੇ ਅਜੇ ਤਾਂ ਬੋਲਾ ਹੀ ਹੋਣਾ, ਆ ਥਾਣ ਦੇਖ ਸਕਦੇ, ਚੰਗੇ ਕੈਪ ਤੇ ਥਾਣ ਜਿਹੜਾ ਲੱਗਾ ਇਹਦਾ। ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਬੋਲਾ ਹਰ ਜੀ ਵੀਰ ਭਰਾ, ਆਪਾਂ ਦੋ ਜਾਂ ਤਿੰਨ ਟੰਗ ਚੋਲੇ 10 ਕਿਲੋ ਬੋਲਾ ਬਣਾ ਕੇ ਦਊਂਗਾ। ਹੈਗਾ ਪੱਕਾ ਜਿਹੜਾ? 10 ਕਿਲੋ ਖੁੱਲਾ ਡੁੱਲਾ ਜਿਹੜਾ। ਤੇ ਕਿੰਨਾ ਕੁ ਦੁੱਧ ਚਵਾਈ ਜਾਓ? ਹਰ ਵੀ ਘਰ ਵਾਲੇ ਆਂਦੇ ਵੀ 13-14 ਕਿਲੋ ਦਿੰਦੀ, 12-13 ਕਿਲੋ ਤੇ ਪੱਕਾ ਦਊਗੀ ਨਾ। ਠੀਕ ਹੈ, ਤੋਰ ਦੋ ਫਿਰ ਇੱਕ ਵਾਰੀ ਨਾ। ਬਾਕੀ ਚਲੋ ਇੱਕ ਇਹ ਆ ਵੀ ਜੇ ਸੂਈ ਨੂੰ ਥੋੜ੍ਹਾ ਟਾਈਮ ਹੋਇਆ ਵਾ, ਇਹ ਥੋੜ੍ਹੀ ਲੱਪੇ ਲੁੱਪੇ 'ਚ ਵੀ ਆ, ਅਤੇ ਉਸ ਤਰ੍ਹਾਂ ਵੀ ਚਲੋ ਥੋੜ੍ਹੀ ਜਿਹੀ ਕਿਸੇ ਨੇ ਸਾਂਭ ਘੱਟ ਕੀਤੀ। ਤੇ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚਲੋ ਚੰਗੀਆਂ ਵਾ, ਜਿੰਨੇ ਜੋਗੀ ਹੈਗੀ ਆ। ਥੱਲਿਆਂ ਸਫਾਈ ਜਾ, ਤੇ ਥਣ ਥਣ ਓਕੇ ਸਾਰੇ? ਹਾਂ ਥਣ ਵੀ ਓਕੇ ਆ। ਠੀਕ ਆ, ਉਹ ਜਿਹੜਾ ਉੱਚਾ ਥੋੜਾ ਜਿਹਾ ਜਾਪਦਾ ਉਹ ਭਲ ਜਿਹਾ, ਥੋੜੀ ਭਲ ਆ ਜੀ। ਠੀਕ ਆ ਜੀ, ਹਾਂਜੀ ਹਾਂਜੀ। ਤੇ ਮੁੱਲ ਫਿਰ ਇਹਦਾ? ਮੁੱਲ ਆ ਵੀ ਜੀ 70,000 ਰੁਪਇਆ। ਅੱਛਾ, ਉਹ ਕਾਰਡ ਮੰਨਦਾ ਹੁੰਦਾ। ਕਿੰਨੇ ਦੀ ਕਰਦੀ ਏ? 5 ਡਾ ਦੀ। 65,000 ਦੀ ਪਹੁੰਚ ਕਰ ਦੇਂਗੇ। ਕਿਹ ਹੋਰ ਕਰਦੀ ਏ ਮੰਨਤਾਂ? ਇਹ ਕਰਾਓ, ਕਰਾਉਣਾ ਤੁਹਾਡੀ ਮਰਜ਼ੀ ਆ। ਪਰ ਵੀ ਹਾਂ ਨਾ 60,000। ਅੱਛਾ, 60,000 ਚ ਪਹੁੰਚ ਕਰ ਦੋਗੇ? 60,000 ਚ ਪਹੁੰਚ ਕਰ ਦਾਂ। 100 ਕਿਲੋਮੀਟਰ ਤੱਕ 10 ਕਿਲੋ ਬੋਲਾ ਮਿਣ ਕੇ ਮੇਰੇ ਘਰ ਜਿੱਦਾਂ ਮਰਜ਼ੀ ਲੈ। ਠੀਕ ਹੈ ਜੀ, ਹਾਂਜੀ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ। ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨੂੰ? ਇਹਨੂੰ ਅੱਜ ਹਰ 5-6 ਦਿਨ ਸਹੀ ਨੂੰ। ਠੀਕ ਆ, ਹਾਂਜੀ। ਆ ਅੱਛਾ ਜੀ, ਆ ਜਿਹੜਾ ਇਹਦੇ ਮਗਰ ਕਿੰਨਾ ਦੁੱਧ ਤਿਆਰ ਜੇ? ਦੇਖੋ ਦੁੱਧ ਤਾਂ ਜੀ ਪਹਿਲੇ ਸੂਏ ਘਰ ਵਾਲੇ ਆਂਦੇ ਵੀ ਇਹਨੇ 13-14 ਕਿਲੋ ਦਿੱਤਾ। ਹਾਂਜੀ, ਹੁਣ 11 ਹੋ ਜੇ, 10 ਹੋ ਜੇ, ਇਹਨਾਂ ਮੇਰੇ ਘਰ ਦੋ ਡੰਗ ਜੀ ਚੋਗ ਲੈ ਤਿਆਰ ਜਿਹੜਾ ਤਿਆਰ ਹੋ ਗਏ ਜੀ। ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗਾ? ਦੁੱਧ ਵੀ ਇਹ ਮੌਸਮ ਚੰਗਾ ਹੁੰਦਾ ਨਾ, 13-14 ਕਿਲੋ ਤਾਂ ਦਿੱਤਾ ਹੀ ਜਾਣਾ। ਤੋਰ ਦਿਓ ਫਿਰ ਇੱਕ ਵਾਰੀ। ਪੋਪੜੀਆਂ ਲੱਗੀਆਂ ਜੀ ਇਹਨਾਂ ਤੇ। ਹਾਂ ਦੇਖ, ਸਾਡੇ ਥਾਣੇ ਦੇ ਵੀ ਲੱਗੇ ਤਾਂ ਬਾਕੀ ਮਿਲ ਕੇ ਵੀ ਨਵੀਂ ਚੰਗੀ ਲੱਗੀ ਹੈ। ਤੋਰ ਦਿਓ ਥੋੜ੍ਹੀ ਕੁ, ਥਾਣੇ ਦਿਖਾ ਦਈਏ ਚੰਗੀ ਤਰ੍ਹਾਂ। ਠੀਕ ਹੈ ਜੀ, ਲੈ ਜਾਓ ਜੀ। Thank you.
ਤੇ ਇਹਦਾ ਫਿਰ ਮੁੱਲ ਦੁੱਧ ਕਿੰਨਾ ਜੀ ਕੋਲ? ਡੇਢ ਮਹੀਨਾ ਆਇਆ ਜੋ ਘਰ ਵਾਲੇ ਬਣੀ ਪਰ ਆਪਾਂ ਨੀ ਚੈੱਕ ਕਰਾਈ। ਅੱਛਾ, ਉਹਦਾ ਸਾਡੀ ਗਾਂ ਸੂਣ ਵਾਲੀ ਆ। ਠੀਕ ਆ, ਖਾਲੀ ਕਰਕੇ ਲਈ, ਖਾਲੀ ਕਰ ਬਾਕੀ ਚਲੋ ਆਪਣੀ ਕੋਈ ਉਸ ਹਿਸਾਬ ਨਾਲ ਬਾਅਦ ਚੈੱਕ ਕਰਾ ਲੇ। ਚੈੱਕ ਜਰੂਰ ਕਰਾ ਲੇ। ਤੇ ਦੁੱਧ ਕਿੰਨਾ ਪੱਕਾ ਇਹਦੇ ਕੋਲ? 9 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ। ਦੁੱਧ ਦੀ ਤੁਸੀਂ ਚਵਾਈ ਆਪ ਕਰਕੇ ਖੜਨੀਆਂ, ਸਾਰੀਆਂ ਸੂਈਆਂ ਵਾ, ਆਪਣੀ ਚਵਾਈ ਕਰਕੇ ਖੜੋ। ਤੇ ਇਹਦਾ ਫਿਰ ਮੁੱਲ? ਪੰਜੀ ਹਜ਼ਾਰ ਕੀ ਕਰ ਦਈਏ ਵਿੱਚ ਮੰਤਨ? ਕਿੰਨੇ ਦੀ ਦੇ ਦਈਏ? ਪਹੁੰਚ ਵਿੱਚ ਕਰਨੀ ਕਿ ਵੱਖਰੀ? ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ।